ਕੀ ਤੁਸੀਂ ਕਦੇ ਸੋਚਿਆ ਹੈ ਕਿ ਅਗਲੀ ਪੀੜ੍ਹੀ ਦਾ ਇਨਵਰਟਰ ਕਿਹੋ ਜਿਹਾ ਹੋਵੇਗਾ ਜਾਂ ਇਨਵਰਟਰ ਟੈਕਨੋਲੋਜੀ ਵਿੱਚ ਅਗਲੀ ਵੱਡੀ ਤਬਦੀਲੀ ਕਦੋਂ ਆਵੇਗੀ? ਕੀ ਤੁਸੀਂ ਵੀ ਆਪਣੀ ਪੁਰਾਣੀ ਇਨਵਰਟਰ ਬੈਟਰੀ ਨੂੰ ਘਰ ਜਾਂ ਦਫ਼ਤਰ ਦੇ ਕੋਨੇ ਵਿੱਚ ਲੁਕਾਉਂਦੇ ਰਹਿੰਦੇ ਹੋ? ਜੇ ਤੁਹਾਡੇ ਦਿਮਾਗ ਵਿੱਚ ਇਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਰਹਿੰਦੇ ਹਨ ਤਾਂ ਆਓ ਵੇਖਦੇ ਹਾਂ ਇੱਕ ਅਜਿਹਾ ਇਨਵਰਟਰ ਜੋ ਅਗਲੀ ਪੀੜ੍ਹੀ ਦਾ ਇਨਵਰਟਰ ਹੈ ਅਤੇ ਜੋ ਦਿਸਣ ਵਿੱਚ ਜਿੰਨਾ ਆਕਰਸ਼ਕ ਹੈ ਇਸ ਦੀ ਪਰਫਾਰਮੈਂਸ ਵੀ ਓਨੀ ਹੀ ਵਧੀਆ ਹੈ। ਇਹ ਇਨਵਰਟਰ ਬਣਿਆ ਹੈ ਤੁਹਾਡੀ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ। ਅਸੀਂ ਗੱਲ ਕਰ ਰਹੇ ਹਾਂ ਲਿਊਮੀਨਸ ਟੈਕਨੋਲੋਜੀ ਦੇ ਇੱਕ ਨਵੇਂ ਇਨਵਰਟਰ ਦੀ, ਆਈਕੋਨ, ਇੱਕ ਅਗਲੀ ਪੀੜ੍ਹੀ ਦਾ ਇਨਵਰਟਰ। ਬਿਹਤਰੀਨ ਡਿਜ਼ਾਈਨ, ਜ਼ਬਰਦਸਤ ਪਰਫਾਰਮੈਂਸ ਅਤੇ ਪੂਰੀ ਤਰ੍ਹਾਂ ਸੁਰੱਖਿਅਤ। ਸਭ ਤੋਂ ਪਹਿਲਾਂ ਅਸੀਂ ਇਸ ਇਨਵਰਟਰ ਵਿੱਚ ਬੈਟਰੀ ਲਵਾਂਗੇ। ਸਾਡੇ ਕੋਲ ਹੈ ਲਿਊਮੀਨਸ ਦੀ 150 AH ਦੀ ਬੈਟਰੀ। ਆਈਕੋਨ ਦਾ ਡਿਜ਼ਾਈਨ ਵਾਕਈ ਆਈਕੋਨਿਕ ਹੈ ਕਿਉਂਕਿ ਇਸ ਵਿੱਚ ਦਿੱਤਾ ਗਿਆ ਹੈ ਸਮਰਪਿਤ ਬੈਟਰੀ ਸਪੇਸ। ਇਹ ਇਨਵਰਟਰ 150 AH ਤੋਂ 220 AH ਦੀ ਟਾਲ ਟਿਊਬੂਲਰ ਅਤੇ ਸੈਮੀ ਟਾਲ ਟਿਊਬੂਲਰ ਨੂੰ ਸਮਰਥਨ ਕਰਦਾ ਹੈ। ਇਹ ਸਿੰਗਲ ਯੂਨਿਟ ਵਾਲਾ ਇਨਵਰਟਰ ਘਰ ਵਿੱਚ ਕਿਤੇ ਵੀ ਆਸਾਨੀ ਨਾਲ ਫਿੱਟ ਹੋ ਸਕਦਾ ਹੈ ਅਤੇ ਬਹੁਤ ਸ਼ਾਨਦਾਰ ਦਿਖਾਈ ਵੀ ਦਿੰਦਾ ਹੈ। ਇੱਕ ਨਵੀਨਤਾਕਾਰੀ ਡਿਜ਼ਾਈਨ ਵਾਲੇ ਇਸ ਇਨਵਰਟਰ ਦਾ ਐਕਸਟੀਰੀਅਰ ਪ੍ਰੀਮੀਅਮ ਅਤੇ ਸਖਤ ABS ਸਮੱਗਰੀ ਨਾਲ ਬਣਿਆ ਹੋਇਆ ਹੈ। ਪਰਲ ਵਾਈਟ ਲੁੱਕ ਵਿੱਚ ਇਹ ਇਨਵਰਟਰ ਬਹੁਤ ਹੀ ਖੂਬਸੂਰਤ ਅਤੇ ਉੱਤਮ ਦਿਖਾਈ ਦਿੰਦਾ ਹੈ। ਇਸ ਦੇ ਮੈਟ ਬਲੈਕ ਪੈਨਲ ਤੋਂ ਇਸ ਨੂੰ ਮਿਲਦਾ ਹੈ ਇੱਕ ਪ੍ਰੀਮੀਅਮ ਲੁੱਕ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਡਿਜ਼ਾਈਨ LED ਲੋਕੇਸ਼ਨ ਹਨ ਜੋ ਲਾਲ ਅਤੇ ਹਰੇ ਰੰਗ ਦੀ LED ਲਾਈਟ ਤੋਂ ਸਾਰੇ ਲੋੜੀਂਦੇ ਸੰਕੇਤ ਦਿਖਾਉਂਦੇ ਹਨ। ਰੈੱਡ ਗਲੋ ਦਾ ਮਤਲਬ ਹੈ ਉਪਭੋਗਤਾ ਦੇ ਧਿਆਨ ਦੀ ਲੋੜ ਹੈ। ਆਓ ਹੁਣ ਸਮਝਦੇ ਹਾਂ ਇਸ ਇਨਵਰਟਰ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ। ਆਈਕੋਨ ਇਨਵਰਟਰ ਦਾ ਬੈਟਰੀ ਦੇ ਨਾਲ ਕੁਨੈਕਸ਼ਨ ਬਾਕਸ ਦੇ ਅੰਦਰ ਹੀ ਹੋ ਜਾਂਦਾ ਹੈ, ਇਸ ਲਈ ਕੋਈ ਖੁੱਲ੍ਹਾ ਸੰਪਰਕ ਨਹੀਂ ਹੁੰਦਾ, ਯਾਨੀ ਬੱਚਿਆਂ ਲਈ ਪੂਰੀ ਸੁਰੱਖਿਆ। ਇਹ ਇਨਵਰਟਰ ਪਿਓਰ ਸਾਈਨ ਵੇਵ ਆਊਟਪੁੱਟ ਦਿੰਦਾ ਹੈ ਜੋ ਤੁਹਾਡੇ ਉਪਕਰਣਾਂ ਨੂੰ ਸੁਰੱਖਿਅਤ ਰੱਖਦਾ ਹੈ। ਆਈਕੋਨ ਇਨਵਰਟਰ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਇਸ ਦੀ ਵਾਟਰ ਟੌਪ ਅਪ ਪ੍ਰਕਿਰਿਆ ਬਹੁਤ ਹੀ ਆਸਾਨ ਹੈ। ਵਾਟਰ ਟੌਪ ਕਰਨ ਲਈ ਟੌਪ ਫਲੈਪ ਨੂੰ ਹਟਾਓ ਅਤੇ ਜਿਹੜੇ ਸ਼ੈਲ ਵਿੱਚ ਪਾਣੀ ਦੀ ਘਾਟ ਹੈ ਉਸ ਵਿੱਚ ਫਨਲ ਦੀ ਮਦਦ ਨਾਲ ਸ਼ੁੱਧ ਪਾਣੀ ਪਾ ਸਕਦੇ ਹੋ। ਇਸ ਵਿੱਚ ਪਾਣੀ ਦੀ ਪਲੇਸਮੈਂਟ ਵੀ ਬਹੁਤ ਹੀ ਆਸਾਨ ਅਤੇ ਫੈਲਣ ਤੋਂ ਮੁਕਤ ਹੈ। ਪਹੀਆਂ ਦੀ ਸਹਾਇਤਾ ਨਾਲ ਇਸ ਨੂੰ ਹਿਲਾਉਣਾ ਬਹੁਤ ਹੀ ਆਸਾਨ ਹੈ। ਗੱਲ ਕਰੀਏ ਤਕਨੀਕੀ ਵਿਸ਼ੇਸ਼ਤਾਵਾਂ ਦੀ ਤਾਂ ਇਹ 900 volt ਐਂਪ ਦਾ ਇਨਵਰਟਰ ਹੈ ਅਤੇ ਇਸ ਦਾ ਪੀਕ ਲੋਡ 756 watt ਹੈ ਜੋ 3 BHK ਘਰ ਦਾ ਬੇਸਿਕ ਲੋਡ ਆਸਾਨੀ ਨਾਲ ਚੁੱਕ ਲਵੇਗਾ। ਜੇ ਤੁਹਾਡੇ ਘਰ ਵਿੱਚ ਘੱਟ ਇਨਪੁੱਟ ਵੋਲਟੇਜ ਆਉਂਦੀ ਹੈ ਜਿਵੇਂ 100 ਤੋਂ 180 volt ਤਾਂ ਉਸ ਸਥਿਤੀ ਵਿੱਚ ਵੀ ਆਈਕੋਨ ਇਨਵਰਟਰ ਪੂਰੇ ਕਰੰਟ ਨਾਲ ਇਨਵਰਟਰ ਬੈਟਰੀ ਨੂੰ ਚਾਰਜ ਕਰੇਗਾ ਅਤੇ ਬੈਟਰੀ ਹੋਰ ਇਨਵਰਟਰ ਦੇ ਮੁਕਾਬਲੇ 3 ਤੋਂ 4 ਘੰਟਿਆਂ ਦੇ ਸਮੇਂ ਵਿੱਚ ਚਾਰਜ ਹੋ ਜਾਏਗੀ। ਤਾਂ ਤੁਸੀਂ ਵੀ ਲੈ ਆਓ ਆਈਕੋਨ ਇਨਵਰਟਰ, ਨਿਰਵਿਘਨ ਬਿਜਲੀ ਸਪਲਾਈ ਪ੍ਰਾਪਤ ਕਰੋ, ਆਪਣੇ ਘਰ ਨੂੰ ਪਹਿਲਾਂ ਨਾਲੋਂ ਵਧੇਰੇ ਖੂਬਸੂਰਤ ਅਤੇ ਸੁਰੱਖਿਅਤ ਬਣਾਓ। ਆਈਕੋਨ, ਅਗਲੀ ਪੀੜ੍ਹੀ ਦਾ ਇਨਵਰਟਰ। ਵਧੇਰੇ ਜਾਣਕਾਰੀ ਲਈ www.luminousindia.com ਤੇ ਜਾਓ ਜਾਂ 1-800-103-3039 ਤੇ ਕਾਲ ਕਰੋ। ਵਟਸਐਪ ਤੇ ਜੁੜਨ ਲਈ ਆਪਣੇ ਮੋਬਾਈਲ ਤੇ ਵਟਸਐਪ ਤੇ ਹਾਈ ਟਾਈਪ ਕਰਕੇ 7-0-4-2-8-3-3-9-3-9 ਤੇ ਭੇਜੋ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਾਨ ਤੇ ਕਲਿੱਕ ਕਰੋ।